पता है जी पंजाब एंड हरियाणा हाई कोर्ट दे स्ट्रिक्ट ऑर्डर्स हैं कि फैक्ट्री तो 300 मीटर दूर ही कोई धरना लग सकता है ते फैक्ट्री दे ऑपरेशंस च कोई विघन नहीं आना चाहिए। उदे रिगार्डिंग असी पुलिस फोर्स अपनी डिप्लॉय की हुई है। पुलिस फोर्स की कुछ गड्डियां प्रदर्शनकारियों ने रस्ते च रोकियां सी, उन्होंने असी FIR भी लॉन्च की है ते बाकी सारा पीसफुल है, माहौल क्लीयर है जी। जिहड़ा पब्लिक आम जनता दे लंघन दा रस्ता है ते पुलिस दे लंघन दा रस्ता, उस च कोई विघन नहीं पा सकदा ते जे कोई भी करेगा उन्हां नूं अरेस्ट करांगे असीं ते कार्रवाई करांगे। नहीं असीं तां जी बिकॉज़ दे आर हाई कोर्ट दे हुक्म है कि ये इलीगल उत्थे बैठे हैं ते फैक्ट्री दी आवाजाई नूं ब्लॉक कर रहे हैं जो कि एक ऑफेंस है। इन्हां दे खिलाफ असीं FIR भी लॉन्च कीती है ते आपां अग्गे जो भी कानूनन कार्रवाई होएगी कानून दे हिसाब नाल कार्रवाई करांगे। किन्ने बंदे ਤੁਸੀਂ ਕਿੱਦਾਂ ਦੇਖ ਰਹੇ ਹੋ ਕਿ ਪ੍ਰਸ਼ਾਸਨ ਦੇ ਵੱਲੋਂ ਸਾਡੇ ਨਾਲ ਮਾਰਕੋਟਿੰਗ ਕੀਤੀ ਗਈ ਹੈ ਲੋਕ ਕਹਿ ਰਹੇ ਇਹਦੇ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ ਜੀ। ਜਿਹੜਾ ਤੁਸੀਂ ਬਾਹਰ ਦੇਖ ਹੀ ਲਿਆ ਜਿਹੜਾ ਧਰਨਾ ਹੈ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਉੱਥੇ ਪਾਠ ਚੱਲ ਰਿਹਾ, ਕੀਰਤਨ ਸ਼ੁਰੂ ਹੋਣ ਵਾਲਾ ਹੈ, ਉੱਥੇ ਬਿਲਕੁਲ ਸ਼ਾਂਤੀਪੂਰਵਕ ਮਾਹੌਲ ਹੈ, ਪੁਲਿਸ ਵੀ ਸ਼ਾਂਤੀਪੂਰਵਕ ਖੜੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਉੱਥੇ ਤਣਾਅ ਨਹੀਂ ਹੈ। ਪਿੱਛੇ ਹਾਈਵੇ 'ਤੇ ਜੋ ਕਿ ਇਸ ਪੁਆਇੰਟ ਤੋਂ 1 ਕਿਲੋਮੀਟਰ ਦੂਰ ਜਗ੍ਹਾ ਹੈ, ਹਾਈਵੇ 'ਤੇ ਕੁਛ ਲੋਕਾਂ ਨੇ ਪੁਲਿਸ ਦੀ ਗੱਡੀਆਂ ਨੂੰ ਬਲੌਕ ਕੀਤਾ ਸੀ ਤਾਂ ਉਹ ਇਲੀਗਲੀ ਨੈਸ਼ਨਲ ਹਾਈਵੇ 'ਤੇ ਬੈਠ ਕੇ ਪੁਲਿਸ ਦੀ ਮੂਵਮੈਂਟ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਬੰਦਿਆਂ ਨੂੰ ਅਸੀਂ ਜ਼ਰੂਰ ਅਰੈਸਟ ਕੀਤਾ ਹੈ ਕਿਉਂਕਿ ਇਹ ਇਲੀਗਲ ਹੈ। ਧਰਨੇ ਵਾਲੀ ਜਗ੍ਹਾ 'ਤੇ ਸਭ ਕੁਝ ਸ਼ਾਂਤੀਪੂਰਵਕ ਹੈ ਅਤੇ ਉਸ ਤੋਂ 1 ਕਿਲੋਮੀਟਰ ਦੇ ਦਾਇਰੇ ਸਭ ਕੁਝ ਸ਼ਾਂਤੀਪੂਰਵਕ ਚੱਲ ਰਿਹਾ ਅਤੇ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ। ਅਸੀਂ ਜੀ ਮੈਂ ਸਪੋਟ 'ਤੇ ਹਾਂ, ਮੇਰੇ ਆਫਿਸਰਸ ਉੱਥੇ ਹੈ, ਆਪਾਂ ਤੁਹਾਨੂੰ ਐਗਜੈਕਟ ਡਿਟੇਲਸ ਦੱਸ ਦਾਂਗੇ। ਬਟ ਜਿਨ੍ਹਾਂ ਜਿਨ੍ਹਾਂ ਨੇ ਪੁਲਿਸ ਦੀ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਸਿਰਫ ਉਹਨਾਂ ਨੂੰ ਡਿਟੇਨ ਕੀਤਾ ਸੀ। ਸਰ ਉਹ ਇਹ ਵੀ ਗੱਲ ਕਹਿ ਰਹੇ ਨੇ ਸਾਡੇ ਜਿੱਥੇ ਧਰਨਾ ਚੁੱਕਿਆ ਗਿਆ ਐਂਟਰੀ ਤੋਂ, ਉੱਥੇ ਸੀਸੀਟੀਵੀ ਕੈਮਰਾ ਲੱਗੋ, ਸੀਸੀਟੀਵੀ ਕੈਮਰਾ ਚੈੱਕ ਕਰ ਸਕਦੇ ਕਿ ਕਿੰਨਾਂ ਨੇ ਗੱਡੀਆਂ ਰੋਕੀਆਂ। ਸਾਡਾ ਕੋਈ ਵੀ ਕਿਸਾਨ ਆ ਕੋਈ ਜਾਂ ਪਿੰਡ ਵਾਸੀ ਕਿਸੇ ਨੇ ਵੀ ਗੱਡੀ ਨਹੀਂ ਰੋਕੀ? ਨਹੀਂ, ਸਾਡੇ ਕੋਲ ਜੀ ਪ੍ਰੋਪਰ ਵੀ ਹੈ ਵੀਡੀਓਗ੍ਰਾਫਿਕ ਐਵੀਡੈਂਸ ਜਿਹੜਾ ਸਾਡਾ ਅਸੀਂ FIR ਨਾਲ ਲਗਾਵਾਂਗੇ। ਉੱਥੇ ਦਰੀ ਵਿਛਾ ਕੇ ਧਰਨਾਕਾਰੀ ਬੈਠੇ ਸੀ ਤੇ ਗੱਡੀਆਂ ਰੋਕੀਆਂ ਗਈਆਂ ਸੀ ਤੇ ਪ੍ਰੋਪਰ ਐਵੀਡੈਂਸ ਤੋਂ ਬਾਅਦ ਹੀ ਕਾਰਵਾਈ ਹੋਈ ਹੈ। ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤਕਰੀਬਨ ਜੁਲਾਈ ਮਹੀਨੇ ਤੋਂ ਇਹ ਧਰਨਾ ਜਾਰੀ ਹੈ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਕਲੀਅਰ ਇੰਸਟਰਕਸ਼ਨਸ ਹੈ ਕਿ ਧਰਨਾ ਜਿਹੜਾ ਹੈ ਫੈਕਟਰੀ ਤੋਂ 300 ਮੀਟਰ ਦੂਰ ਲਾਇਆ ਜਾਵੇ ਅਤੇ ਫੈਕਟਰੀ ਦੀ ਆਵਾਜਾਈ 'ਚ ਕੋਈ ਵੀ ਰੁਕਾਵਟ ਨਾ ਕੀਤੀ ਜਾਵੇ। ਅਸੀਂ ਇਹਦੇ ਰਿਲੇਟਡ FIR ਵੀ ਦਰਜ ਕੀਤੀ ਹੈ ਕੱਲ੍ਹ ਜਿਹੜੇ ਵੀ ਧਰਨੇ ਵਿੱਚ ਸ਼ਾਮਲ ਸੀ, ਕਿਉਂਕਿ ਮਾਣਯੋਗ ਹਾਈਕੋਰਟ ਦੇ ਹੁਕਮ ਸੀ ਇਹਦੇ ਬਾਰੇ ਤੇ ਜੋ ਵੀ ਅੱਗੇ ਕਾਰਵਾਈ ਕਰਾਂਗੇ ਕਾਨੂੰਨ ਦੇ ਹਿਸਾਬ ਨਾਲ ਕਰਾਂਗੇ ਤੇ ਪੀਸਫੁਲ ਕਾਰਵਾਈ ਕਰਾਂਗੇ। ਜੀ ਕੁਛ ਜਿਹੜੇ ਸਾਨੂੰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਮਾਣਯੋਗ ਹਰਿਆਣਾ ਪੰਜਾਬ ਹਰਿਆਣਾ ਹਾਈਕੋਰਟ ਨੇ ਹੁਕਮ ਦਿੱਤੇ ਸੀ ਕਿ ਇਹ ਜਿਹੜੇ ਧਰਨਾਕਾਰੀ ਹੈ ਇਲੀਗਲ ਤਰੀਕੇ ਨਾਲ ਬੈਠੇ ਹੈ, ਜੋ ਕਿ ਕਲੀਅਰ ਹੈ, ਉਸ 'ਤੇ ਵਾਇਲੇਸ਼ਨ 'ਤੇ FIR ਵੀ ਹੋਈ ਹੈ, ਜਿਹੜੀ ਜਿਹੜੀ ਧਾਰਾ 'ਚ FIR ਹੋਈ ਹੈ ਉਹ ਦਰਜ ਕੀਤੀ ਹੈ ਅਤੇ ਉਹ ਪਬਲਿਕ 'ਚ ਵੀ ਹੈ ਹੁਣ। ਅਤੇ ਜਿਹੜੇ ਧਰਨਾਕਾਰੀ ਉਹਨਾਂ 'ਚ ਸ਼ਾਮਲ ਸੀ ਕੁਛ ਅਸੀਂ ਅਰੈਸਟ ਕੀਤੇ ਹੈ, ਡਿਟੇਨ ਕੀਤੇ ਹੈ, ਹਾਈਕੋਰਟ ਦੇ ਹੁਕਮਾਂ ਦੀ ਕੰਪਲਾਈਂਸ ਕੀਤੀ ਹੈ। ਬਟ ਮੌਕੇ 'ਤੇ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਅਤੇ ਪੁਲਿਸ ਉੱਥੇ ਪੂਰੀ ਡਿਪਲੋਇਡ ਹੈ, ਪੀਸਫੁਲ ਹੈ ਅਤੇ ਸਾਰਾ ਕੁਛ ਠੀਕ ਹੈ। ਅਸੀਂ ਦੇਖੋ ਜੀ, ਅਸੀਂ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਪੂਰੀ ਫੋਰਸ ਡਿਪਲੋਇਡ ਹੈ, ਜੋ ਵੀ ਕਾਰਵਾਈ ਹੋਏਗੀ ਲੋਫੁਲ ਤਰੀਕੇ ਨਾਲ ਹੋਏਗੀ, ਕੋਈ ਟਾਈਮ ਨਹੀਂ ਮੈਂ ਦੱਸ ਸਕਦੀ, ਬਟ ਕਾਨੂੰਨ ਤਰੀਕੇ ਨਾਲ ਜੋ ਵੀ ਕਾਰਵਾਈ ਹੋਏਗੀ ਲੋਫੁਲੀ ਪੁਲਿਸ ਕਰੇਗੀ। ਜੀ ਮੈਂ ਤੁਹਾਨੂੰ ਫਿਰ ਇਹੀ ਗੱਲ ਕਹਿ ਰਹੀ ਹਾਂ ਕਿ ਮੈਂ ਟਾਈਮ ਲਾਈਨ ਕੋਈ ਨਹੀਂ ਦੇ ਸਕਦੀ, ਬਟ ਜੋ ਵੀ ਕਾਰਵਾਈ ਹੋਏਗੀ ਕਾਨੂੰਨ ਦੇ ਹਿਸਾਬ ਨਾਲ ਹੀ ਹੋਏਗੀ। ਕਾਰਵਾਈ ਤਾਂ ਜੀ ਸ਼ੁਰੂ ਹੋ ਚੁੱਕੀ, ਪਹਿਲੇ ਹਫ਼ਤੇ ਤੋਂ ਹੀ ਸ਼ੁਰੂ ਹੈ ਸਾਡੀ ਕਾਰਵਾਈ, ਤਾਂ ਪੁਲਿਸ ਫੋਰਸ ਡਿਪਲੋਇਡ ਹੈ, ਤੁਹਾਨੂੰ ਤੁਸੀਂ ਦੇਖ ਰਹੇ ਹੋ ਭਾਰੀ ਮਾਤਰਾ 'ਚ ਸਾਡੇ ਮੁਲਾਜ਼ਮ ਵੀ ਉੱਥੇ ਹਾਜ਼ਰ ਹੈ। 13 PAP ਤੋਂ ਕੱਲ੍ਹ ਇੱਕ ਮੁਲਾਜ਼ਮ ਦੀ ਮੌਤ ਵੀ ਹੋ ਗਈ ਜਿਹੜਾ ਜ਼ੀਰੇ ਡਿਊਟੀ 'ਤੇ ਆਏ ਸੀ, ਬਹੁਤ ਦੁਖਦ ਘਟਨਾ ਹੈ। ਤਾਂ ਸਾਡੀ ਪੁਲਿਸ ਫੋਰਸ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਸਾਰਾ ਕੁਝ ਪੀਸਫੁਲ ਤਰੀਕੇ ਨਾਲ ਨਿਬੜ ਜਾਏ ਅਤੇ ਸਾਰੀ ਸਿੰਸੀਅਰਿਟੀ ਅਤੇ ਡੈਡੀਕੇਸ਼ਨ ਨਾਲ ਸਾਡੀ ਫੋਰਸ ਕੰਮ ਕਰ ਰਹੀ ਹੈ। ਬਿਲਕੁਲ ਜੀ, ਮੇਰੀ ਇਹੀ ਅਪੀਲ ਹੈ ਧਰਨਾਕਾਰੀਆਂ ਨੂੰ, ਆਲੇ ਦੁਆਲੇ ਦੇ ਪਿੰਡ ਵਾਸੀਆਂ ਨੂੰ, ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਅਸੀਂ ਪਾਲਣਾ ਕਰੀਏ, ਲੋਫੁਲ ਤਰੀਕੇ ਨਾਲ ਅਸੀਂ ਜੋ ਵੀ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਕਰੀਏ, ਲੋਫੁਲ ਤਰੀਕੇ ਨਾਲ ਜੋ ਪ੍ਰਦਰਸ਼ਨ ਕੀਤਾ ਜਾਵੇਗਾ, ਪੁਲਿਸ ਵੀ ਉਹਨਾਂ ਦੇ ਨਾਲ ਹੈ, ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਈ ਜਾਏਗੀ। 300 ਮੀਟਰ ਦੂਰ ਜੋ ਵੀ ਧਰਨਾ ਲਾਇਆ ਜਾਏਗਾ ਉੱਥੇ ਆਪਾਂ ਵੀ ਆਪਣੀ ਡਿਪਲੋਇਮੈਂਟ ਕਰਾਂਗੇ ਅਤੇ ਇਨਸ਼ੋਰ ਕਰਾਂਗੇ ਕਿ ਧਰਨਾਕਾਰੀਆਂ ਨੂੰ ਵੀ ਉੱਥੇ ਕੋਈ ਪ੍ਰੋਬਲਮ ਨਾ ਆਵੇ। ਸਾਡੇ ਜੀ ਵੱਖ ਵੱਖ ਯੂਨਿਟਸ ਤੋਂ ਆਏ ਤਕਰੀਬਨ 2000 ਦੀ ਪੁਲਿਸ ਫੋਰਸ ਨਫਰੀ ਸਾਡੇ ਕੋਲ ਫਿਰੋਜ਼ਪੁਰ ਆਈ ਹੋਈ ਹੈ। ਸ਼ਿਫਟ ਵਾਈਜ਼ ਸਾਡੀ ਡਿਊਟੀ ਚੱਲ ਰਹੀ ਹੈ ਅਤੇ ਪੂਰੀ ਪੀਸਫੁਲ ਡਿਊਟੀ ਚੱਲ ਰਹੀ ਹੈ। Subscribe to our YouTube channel News DNN by clicking the bell icon. Don't forget to like, comment and share.